आ रहा थी भी तू इधर आ जा भी तू बोली ना, उन्होंने कुछ नहीं ओदा सुनिया, सिर्फ ओदे गोली मारी हैगी। गोली मारने वाले दो जने थे, एक ओदे घर वाली थी, एक खुद बाबा थीगा। ओदा कतल असी बराबर आप करांगे जी, पुलिस वाले ने छड़ता जी मुलाजमान नूं, असी कहने वी मुलाजमान नूं कहने वी असी छड़ना नहीं चाहुंदे हैगे। डेरे दा जिहड़ा मेन हैड है गुरदीप सिंह, उन्हें एक 12 बोर अपने शॉटगन नाल एक तस्वीर नाम दे व्यक्ति नूं शूट किया जी। बदली करके गुरदीप सिंह रख लिया, दो तीन ना रखी फिर कोई पक्का ना है नहीं, पिछे भी कतल करके जी घर वाली है मतलब अपने भाई की कढ़ के लिया अपने भाई का कतल करके। सजा होनी चाहिए जे वह बाहर आ गया तो असि आप सजा देवे। ਅੰਦਰੋਂ ਪੇਟੀ 'ਚੋਂ ਰਾਫਲ ਬਰਾਮਦ ਹੋਈ ਹੈ, ਇੱਕ 12 ਬੋਰ ਹੋਈ ਹੈ ਜੀ ਬਰਾਮਦ, ਦੋ ਪਿਸਟਲ ਬਰਾਮਦ ਹੋਏ ਨੇ ਜੀ। ਅਤੇ ਅੱਜ ਉਹਦੇ ਘਰ ਵਾਲੀ ਦੇ ਬੱਚਾ ਹੋਣ ਵਾਲਾ, ਉਹਨੂੰ ਪਤਾ ਨਹੀਂ, ਅੱਜ ਉਸ ਨੂੰ ਪਤਾ ਲੱਗ ਗਿਆ ਉਹਦੀ ਹਾਲਤ ਦੇ ਜ਼ਿੰਮੇਵਾਰ ਮਤਲਬ ਡੇਰੇ ਵਾਲੇ ਨੇ ਜੀ। ਮਨਿੰਦਰ ਕੌਰ ਹੈ ਜੀ। ਅੱਜ ਜਿਹੜਾ ਉਹਦੇ ਗੋਲੀ ਕਾਂਡ ਦਾ ਪਰੇ ਕਿਵੇਂ ਦੇਖਿਆ ਤੁਸੀਂ ਚਸ਼ਮ ਦੀ ਤੋਂ? ਮੈਂ ਅੰਦਰੋਂ ਨਿਕਲ ਕੇ ਆਈ ਜਦੋਂ ਇੱਥੇ ਰੌਲਾ ਪੈ ਰਿਹਾ ਸੀਗਾ ਕਾਫੀ, ਮਤਲਬ ਵੀ ਉਹਨਾਂ ਨੇ ਅਨਾਊਂਸਮੈਂਟ ਕਰੀ ਵੀ ਆ ਜਾਓ ਜਲਦੀ ਬਾਹਰ ਵੀ ਬਾਬਾ ਆ ਰਿਹਾਗਾ। ਸਾਰੇ ਇੱਥੇ ਆਲੇ ਦੁਆਲੇ ਕੰਧਾਂ 'ਤੇ ਖੜ੍ਹ ਗਏ, ਸਿਰਫ ਮੁੰਡੇ ਔਰ ਬਾਬੇ ਸਾਰੇ ਇੱਥੇ ਸੀਗੇ। ਉਹ ਦੋਨੇ ਮਾਂ ਪੁੱਤ ਅੰਦਰ ਗਏ ਜਦੋਂ ਬੈਠੇ ਸੀਗੇ, ਪਰ ਉਹ ਆਪਦੀ ਮਾਂ ਨੂੰ ਹਟਾ ਰਿਹਾ ਸੀ ਵੀ ਤੂੰ ਇੱਧਰ ਆ ਜਾ ਵੀ ਤੂੰ ਬੋਲੀ ਨਾ। ਉਹਨਾਂ ਨੇ ਕੁਛ ਨਹੀਂ ਉਹਦਾ ਸੁਣਿਆ, ਸਿਰਫ ਉਹਦੇ ਗੋਲੀ ਮਾਰੀ ਹੈਗੀ, ਬਾਕੀ ਸਾਰੇ ਕੰਧਾਂ ਟੱਪ ਕੇ ਭੱਜ ਗਏ, ਕਿਸੇ ਨੂੰ ਉਹਨੇ ਬਚਾਇਆ ਬਚੂਆ ਨਹੀਂ ਹੈਗਾ। ਮੈਂ ਚੱਕਿਆ ਚੱਕ ਗੋਲੀ ਮਾਰਨ ਵਾਲੇ ਕਿੰਨੇ ਜਣੇ ਸੀਗੇ? ਗੋਲੀ ਮਾਰਨ ਵਾਲੇ ਦੋ ਜਣੇ ਸੀਗੇ, ਇੱਕ ਉਹਦੇ ਘਰ ਵਾਲੀ ਸੀ, ਇੱਕ ਉਹ ਖੁਦ ਬਾਬਾ ਸੀਗਾ ਬਸ। ਤੇ ਜਿਨ੍ਹਾਂ ਦੇ ਗੋਲੀ ਵੱਜੀ ਉਹਨਾਂ ਦੇ ਕੀ ਹਾਲਾਤ ਨੇ? ਉਹ ਵੈਸੇ ਦੱਸ ਰਹੇ ਨੇ ਵੀ ਫਿਲਹਾਲ ਤਾਂ ਠੀਕ ਨੇ, ਵੀ ਗਰੀਬ ਹੈ, ਜਮਾ ਗਰੀਬ ਹੈ ਮੇਰਾ ਭਾਈ ਆ। ਉਹ ਕੀ ਮੰਗ ਕਰਦੇ ਹੋ ਜੀ? ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਆ ਸਾਡੇ ਭਾਈ ਤੇ ਪੈਸੇ ਲਾਏ ਜਾਣ, ਔਰ ਉਹ ਜਿਵੇਂ ਵੀ ਉਹ ਪਾਇਆਗਾ ਤਾਂ ਉਹਨੂੰ ਘਰੇ ਸਾਰਾ ਸਮਾਨ ਦਿੱਤਾ ਜਾਵੇ, ਸਾਰਾ ਕੁਝ ਦਿੱਤਾ ਜਾਵੇ। ਸਜ਼ਾ ਹੋਣੀ ਚਾਹੀਦੀ ਆ ਉਹਨੂੰ, ਜੇ ਉਹ ਬਾਹਰ ਆ ਗਿਆ ਤਾਂ ਅਸੀਂ ਆਪ ਸਜ਼ਾ ਦੇਵਾਂਗੇ ਉਹਨੂੰ ਬਸ। ਨਾ ਅਸੀਂ ਉਹਨੂੰ ਡੇਰੇ ਚੂਰੇ ਰੱਖਣਾ ਚਾਹੁੰਦੇ ਆ। ਕੀ ਨਾਮ ਹੈ ਜੀ ਉਹਨਾਂ ਦਾ? ਕੀ ਉਹਨਾਂ ਦਾ? ਤਰਸਵੀਰ ਸਿੰਘ ਹੈ ਜੀ। ਕਿੰਨੀ ਉਮਰ ਹੈ ਉਹਨਾਂ ਦੀ? ਉਹਨਾਂ ਦੀ ਲਗਭਗ ਹੈਗੀ ਆ 26 ਸਾਲ ਜੀ। ਵਿਆਹੇ ਹੋਏ ਨੇ? ਹਾਂਜੀ ਮੈਰਿਡ ਨੇ, ਦੋ ਬੇਟੀਆਂ ਨੇ ਉਹਨਾਂ ਦੇ। ਕੀ ਨਾਮ ਹੈ ਜੀ? ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ, ਉਰਫ ਕਾਕਾ ਜੀ। ਅੱਜ ਹਰੀਗੜ੍ਹ ਦੇ ਵਿੱਚ ਇੱਕ ਗੋਲੀ ਚੱਲੀ ਹੈ, ਕੀ ਕਾਰਨ ਮੰਨਦੇ ਤੁਸੀਂ ਇਹਦਾ? ਕਾਰਨ ਜੀ ਇਹ ਉਰੇ ਇੱਕ ਸਾਧਤ ਹੀ ਹੈ ਜੀ, ਜਿਹੜੇ ਨੇ ਜਾਣੀ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਗਾਤਰਾ ਪਾਇਆ ਹੋਇਆ ਸੀਗਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਆ ਦਰਬਾਰ ਸਾਹਿਬ ਦੇ ਵਿੱਚ ਉਹ ਬੇਅਦਬੀ ਕਰਦਾ ਸੀ, ਜਿੱਥੇ ਬਾਬਾ ਭਗਵਾਨਪੁਰੀ ਜੀ ਦਾ ਧੂਣਾ ਸੀਗਾ, ਜਾਣੀ ਕਿ ਜਿੱਥੇ ਨਸ਼ੇ ਪੱਤੇ ਚੜ੍ਹਦੇ ਸੀਗੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਜ਼ਿਆਦਾ ਬੇਅਦਬੀ ਹੋ ਰਹੀ ਸੀਗੀ, ਅਤੇ ਉਹ ਬੇਅਦਬੀ ਨੂੰ ਮੁੱਖ ਰੱਖਦਿਆਂ ਹੋਇਆ ਪਿੰਡ ਦੇ ਜਿਹੜੇ ਨਵੇਂ ਨੌਜਵਾਨ ਮੇਰੇ ਨਾਲ ਜੁੜੇ ਸੀਗੇ, ਅਸੀਂ ਨੇ ਜੁੜ ਕੇ ਹੰਬਲਾ ਮਾਰਿਆ ਵੀ ਬਾਰਿਸ਼ਾਂ ਆਉਣ ਦੇ ਕਾਰਨ ਡੇਰੇ ਦੀ ਜਿਹੜੀ ਉਹ ਹਾਲਤ ਹੈ ਉਹ ਜਾਣੀ ਕਿ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ, ਵੀ ਚਲੋ ਆਪਾਂ ਸਾਰੇ ਰਲ ਮਿਲ ਕੇ ਵੀ ਡੇਰੇ ਦੇ ਵਿੱਚ ਭਰਤ ਪਾ ਕੇ ਇਹਨੂੰ ਉੱਚਾ ਚੱਕੀਏ, ਅਤੇ ਉਹ ਇਹ ਗੱਲ ਦੇ ਖਿਲਾਫ਼ ਸੀ ਆ ਵੀ ਡੇਰਾ ਮੇਰਾ, ਪਰ ਡੇਰਾ ਉਹਦਾ ਨਹੀਂ ਸੀਗਾ, ਡੇਰਾ ਇਹ ਬਾਬਾ ਭਗਵਾਨਪੁਰੀ ਦਾ ਸੀਗਾ, ਸਾਰੇ ਨਗਰ ਦਾ ਡੇਰਾ ਸੀਗਾ, ਨਗਰ ਦੇ ਬਜ਼ੁਰਗਾਂ ਨੇ ਇਹ ਡੇਰੇ ਨੂੰ ਜਗ੍ਹਾ ਦਿੱਤੀ ਹੋਈ ਸੀਗੀ, ਠੀਕ ਹੈ ਜੀ। ਤਾਂ ਕਰਕੇ ਜਾਣੀ ਕਿ ਵੀ ਜਿੰਨੇ ਵੀ ਨੌਜਵਾਨ ਜੁੜੇ ਸੀਗੇ ਉਹ ਉਸ ਮਹੰਤ ਦਾ ਕੀ ਨਾਮ ਹੈ? ਉਹਦਾ ਨਾਂ ਗੁਰਦੀਪ ਸਿੰਘ ਨਾਂ ਆ ਜੀ ਉਹਦਾ। ਕਿੰਨੇ ਜਣੇ ਸੀ ਜਦੋਂ ਗੋਲੀ ਚੱਲੀ ਹੈ ਮੌਕੇ ਤੇ? ਮੌਕੇ ਤੇ ਇੱਕ ਮੈਂ ਤੀ ਹੈ ਜੀ, ਇੱਕ ਮੁੰਡਾ ਦਾਰਾ ਤੀ ਹੈ ਜੀ, ਹੈਗਾ ਤਾਂ ਸਾਰਾ ਨਗਰੇ ਸੀ ਹੈ ਜੀ। ਉਹਨਾਂ ਵੱਲੋਂ ਕੌਣ ਕੌਣ ਸੀ ਜਿਨ੍ਹਾਂ ਨੇ ਗੋਲੀ ਚਲਾਈ? ਉਹਨਾਂ ਵੱਲੋਂ ਜੀ 4 ਨਿੰਗ ਤਾਂ ਉਹਨਾਂ ਦੇ ਨਾਲ ਤੀ ਹੈ ਜੀ, ਤੇ 5ਵਾਂ ਆਪ ਤੀ ਉਹਨਾਂ ਦੀ ਧਰਮ ਪਤਨੀ ਤੀ ਜਿਨ੍ਹਾਂ ਦੇ ਲਵੇ ਜਾਣੀ ਕਿ ਸਿਕਸਰ ਪਿਸਤੌਲ ਤੀ ਹੈ ਜੀ। ਹੋਰ ਵੀ ਕੋਈ ਚੀਜ਼ਾਂ ਬਰਾਮਦ ਹੋਈਆਂ? ਬਰਾਮਦ ਇੱਕ ਜੀ ਉਹਨਾਂ ਲਵੋਂ ਅੰਦਰੋਂ ਪੇਟੀ 'ਚੋਂ ਰਾਫਲ ਬਰਾਮਦ ਹੋਈ ਹੈ, ਇੱਕ 12 ਬੋਰ ਹੋਈ ਹੈ ਜੀ ਬਰਾਮਦ, ਦੋ ਪਿਸਟਲ ਬਰਾਮਦ ਹੋਏ ਨੇ ਜੀ, ਕਾਰਤੂਸ ਜੀ। ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਉਹ ਨਸ਼ੇ ਦਾ ਵੀ ਵਪਾਰ ਕਰਦੇ? ਹਾਂ ਜੀ ਹਾਂ, ਨਸ਼ੇ ਦਾ ਆਦੀ ਤੀ ਹੈ ਜੀ ਉਰੇ, ਚਲਮਾ ਚਲਮਾ ਸਾਰਾ ਕੁਝ ਅੰਦਰੇ ਜਾਣੀ ਕਿ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਤੀ ਹੈ ਜੀ, ਉਹਦੇ ਟੇਚੀ ਕੇਸ ਦੇ ਵਿੱਚ ਚਲਮਾਂ ਵੀ ਪਈਆਂ ਨੇ ਜੀ ਉਹਦੀਆਂ। ਸਿੱਖ ਜਥੇਬੰਦੀਆਂ ਨੂੰ ਪਹਿਲਾਂ ਤੁਸੀਂ ਸੂਚਿਤ ਨਹੀਂ ਕੀਤਾ ਇਹ ਗੱਲਾਂ ਬਾਰੇ? ਕੀਤਾ ਜੀ ਪਹਿਲਾਂ, ਸ਼੍ਰੋਮਣੀ ਦਲ ਅਕਾਲੀ ਦਲ ਕਮੇਟੀ ਨੂੰ ਵੀ ਕੀਤਾ ਤੀ ਹੈ ਜੀ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ ਜੀ, ਨਿਸ਼ਾਨ ਸਾਹਿਬ ਦੀ ਉਰੇ ਬੇਅਦਬੀ ਹੋ ਰਹੀ ਹੈ ਜੀ, ਦੇਖ ਕੇ ਮੁੜੀ ਗਏ ਨੇ ਜੀ ਉਰੋਂ। ਜਿਹੜੇ ਮੁੰਡੇ ਦੇ ਗੋਲੀ ਵੱਜੀ ਹੈ ਉਹਦਾ ਕੀ ਨਾਮ ਹੈ? ਉਹਦਾ ਨਾਂ ਤਰਸਵੀਰ ਹੈ ਜੀ, ਮੇਰੇ ਤਾਏ ਦਾ ਮੁੰਡਾ ਹੈ ਜੀ ਉਹ। ਉਹਨਾਂ ਦੀ ਉਮਰ ਕਿੰਨੀ ਹੈ? ਉਹਦੀ ਉਮਰ 26-27 ਸਾਲ ਦੀ ਹੈ। ਵਿਆਹੇ ਹੋਏ ਨੇ ਉਹ? ਹਾਂ ਜੀ ਹਾਂ, ਵਿਆਹੇ ਹੋਏ ਨੇ ਜੀ, ਉਹਦੇ ਘਰ ਵਾਲੀ ਲਵੇ ਬੱਚਾ ਹੋਣ ਵਾਲਾ ਜੀ, ਦੋ ਗੁੜੀਆਂ ਨੇ ਜੀ ਉਹਦੇ ਲਵੇ। ਹੁਣ ਉਹਨਾਂ ਦੀ ਕੀ ਹਾਲਾਤ ਨੇ ਇਸ ਵਕਤ? ਉਹਨਾਂ ਦੀ ਹਾਲਾਤ ਹੈ ਜੀ ਜਿਹੜਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਜੀ, ਜਾਣੀ ਕਿ ਉਹਦਾ ਇੱਕ ਹੱਥ ਨਹੀਂ ਕੰਮ ਕਰਦਾ ਜੀ, ਇੱਕ ਹੱਥ ਨਾਲ ਉਹ ਰੋਟੀ ਵੀ ਨਹੀਂ ਖਾ ਸਕਦਾ। ਆਪਾਂ ਕਹਿ ਨਹੀਂ ਸਕਦੇ ਵੀ ਉਹ ਬੰਦਾ ਲੜਨ ਗਿਆ ਸੀਗਾ,
वह बंदा सिर्फ हथ बन के गया सी भी बाबा जी नगर की गल सुनो बस हाँ जी वो बंदा टाइम पास करता जी वह बंदा एक खराब हजे तो खराब ने जी अजे कुछ नहीं कह सकते जी हम जावे जी पता करा जी ਉਹਦੇ ਤੇ ਨਹੀਂ ਨਹੀਂ ਕਰਦੇ ਤਕਰੀਬਨ 3.5 ਲੱਖ ਰੁਪਏ ਵੀ ਲੱਗ ਸਕਦਾ ਜੀ 5 ਲੱਖ ਵੀ ਲੱਗ ਸਕਦਾ ਜੀ ਉਹ ਸਾਰਾ ਨਗਰ ਸਹਿਯੋਗ ਦੋ ਕੀ ਕਹਿੰਦੀ ਹੈ ਤੁਹਾਨੂੰ ਪਿੰਡ ਵਾਸੀਆਂ ਪੁਲਿਸ ਕਹਿੰਦੀ ਹੈ ਵੀ ਆਪਦਾ ਤੁਸੀਂ ਹੁਣ ਜਿਹੜਾ ਕੁਝ ਵੀ ਹੋ ਗਿਆ ਵੀ ਆਪਦਾ ਤੁਸੀਂ ਹੁਣ ਸੇਵਾ ਸ਼ੁਰੂ ਕਰੋ ਠੀਕ ਹੈ ਜੀ ਤੇ ਉਹ ਮੁੰਡਾ ਜਿਹਦੇ ਮੇਰੇ ਤਾਏ ਦੇ ਮੁੰਡੇ ਦੇ ਗੋਲੀ ਵੱਜੀ ਹੈ ਜੀ ਵੀ ਉਹਦੀ ਦੇਖਭਾਲ ਕਰੋ ਜੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਕਾਰਵਾਈ ਦੀ ਮੰਗ ਕਰਦੇ ਆ ਜੀ ਜੇ ਉਹਨੂੰ ਬਾਈ ਚਾਂਸ ਕੁਝ ਹੁੰਦਾ ਜੀ ਤਾਂ 302 ਜੀ ਪੱਕੀ ਗੋਲੀ ਚਲਾਉਣ ਦੀ 307 ਜੀ ठीक है जी उरे बेअदबी करन दी है जिहड़ी धारा वह लगनी चाहिए जी गुरु ग्रंथ साहिब दी जो उन्हें बेअदबी की है जी की नाम है जी रणजीत कौर जी ਕਿਹੜਾ ਪਿੰਡ ਹੈ ਜੀ ਹਰੀਗੜ੍ਹ ਜੀ ਕੀ ਅੱਜ ਜਿਹੜਾ ਗੋਲੀਕਾਂਡ ਵਾਪਰਿਆ ਇਹਨੂੰ ਕੀ ਕਹਿੰਦੇ ਤੁਸੀਂ ਦੇਖਿਆ ਤੁਸੀਂ ਆਪ ਮੈਂ ਦੇਖਿਆ ਨਹੀਂ ਜੀ ਉਹਦੀ ਮੈਂ ਮਾਸੀ ਹਾਂ ਜੀ ਹਾਂਜੀ ਉਹ ਮੇਰੇ ਜੇਠ ਦਾ ਮੁੰਡਾ ਜੀ ਮਤਲਬ ਕਿ ਉਹਦੇ ਪਹਿਲਾਂ ਵੀ ਸੱਟ ਲੱਗੀ ਸੀ ਪਹਿਲਾਂ ਵੀ ਮੈਂ ਉਹਦੇ ਹਾਲਾਤ ਦੇਖੇ ਨੇ ਅੱਜ ਵਾਲੇ ਹਾਲਾਤ ਮੈਂ ਦੇਖੇ ਨਹੀਂ ਪਰ ਮੈਨੂੰ ਜਦੋਂ ਪਤਾ ਲੱਗਾ ਉਸੇ ਟਾਈਮ ਮੈਂ ਇੱਥੇ ਆਈ ਹਾਂਗੀ ਉਹਨਾਂ ਦੇ ਘਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਉਹਦੇ ਮਾਂ ਬਾਪ ਕੁਝ ਵੀ ਕਰ ਨਹੀਂ ਸਕਦੇ ਮਤਲਬ ਉਹ ਆਪ ਹੀ ਮਿਹਨਤ ਕਰਦੇ ਨੇ ਮਿਹਨਤ ਕਰਕੇ ਆਪ ਹੀ ਖਵਾਉਂਦੇ ਨੇ ਉਹਨਾਂ ਨੂੰ ਉਹਦੇ ਘਰ ਵਾਲੀ ਨੂੰ ਉਹਦੇ ਬੱਚੇ ਨੂੰ ਆਪ ਪਾਲਦੇ ਨੇ ਜੀ ਉਹ ਕੁਝ ਨਹੀਂ ਕਰ ਸਕਦਾ ਬਾਂਹ ਉਸ ਬੇਟੇ ਦੀ ਟੁੱਟੀ ਹੋਈ ਹੈ ਜੀ ਠੀਕ ਹੈ ਜੀ ਤੇ ਅੱਜ ਉਹਦੇ ਘਰ ਵਾਲੀ ਦੇ ਬੱਚਾ ਹੋਣ ਵਾਲਾ ਉਹਨੂੰ ਪਤਾ ਨਹੀਂ ਅੱਜ ਉਸ ਨੂੰ ਪਤਾ ਲੱਗ ਗਿਆ ਉਹਦੀ ਹਾਲਤ ਦੇ ਜ਼ਿੰਮੇਵਾਰ ਮਤਲਬ ਡੇਰੇ ਵਾਲੇ ਨੇ ਜੀ ਠੀਕ ਹੈ ਜੀ ਉਹ ਮੈਂ ਕਹਿੰਦੇ ਵੀ ਜੇ ਉਹਨੂੰ ਕੁਛ ਹੋ ਗਿਆ ਅਸੀਂ ਡੇਰੇ ਵਾਲਿਆਂ ਨੂੰ ਛੱਡਣ ਨਹੀਂ ਦੇਣਾ ਜੀ ਉਹਦਾ ਕਤਲ ਅਸੀਂ ਬਰਾਬਰ ਆਪ ਕਰਾਂਗੇ ਜੀ ਪੁਲਿਸ ਵਾਲੇ ਨੇ ਛੱਡਤਾ ਜੀ ਮੁਲਾਜ਼ਮਾਂ ਨੂੰ ਅਸੀਂ ਕਹਿੰਦੇ ਵੀ ਮੁਲਾਜ਼ਮਾਂ ਨੂੰ ਕਹਿੰਦੇ ਵੀ ਅਸੀਂ ਛੱਡਣਾ ਨਹੀਂ ਚਾਹੁੰਦੇ ਹੈਗੇ ਪਰ ਮੁਲਾਜ਼ਮਾਂ ਦੀ ਗਲਤੀ ਹੈ ਵੀ ਅੱਜ ਵੀ ਉਹਨਾਂ ਨੂੰ ਕੱਢ ਕੇ ਲੈ ਗਈ ਪਹਿਲਾਂ 3 ਘੰਟੇ ਪੁਲਿਸ ਨਹੀਂ ਆਈ ਜੀ ਜੇ ਉਹਨਾਂ ਨੂੰ ਫੋਨ ਕੀਤਾ ਜੀ ਤਾਂ ਹਜੇ ਵੀ ਉਹ ਸਾਨੂੰ ਉਲਟ ਬੋਲਦੇ ਸੀਗੇ ਜੀ ਕਿਉਂ ਬੋਲੇ ਨੇਗੇ ਉਹਨਾਂ ਦੀ ਗਲਤੀ ਸੀਗੀ ਇਹ ਪਰ ਉਹਨਾਂ ਨੇ ਦੇਖਣਾ ਸੀਗਾ ਵੀ ਕਿਉਂ ਮਾਰਦੇ ਨੇ ਉਸ ਬੱਚੇ ਨੂੰ ਹੋਰ ਕਿਹੜਾ ਬੱਚੇ ਨਹੀਂ ਸੀਗੇ ਜੀ ਸਾਰਾ ਕੁਛ ਸੀਗਾ ਜੀ ਇੱਥੇ ਅਸਲਾ ਨਿਕਲਿਆ ਚਿੱਟਾ ਨਿਕਲਿਆ ਰੌਂਦ ਨਿਕਲੇ ਨੇ ਜੀ 3-3 ਪਿਸਤੌਲ ਨਿਕਲੇ ਨੇ ਜੀ ਕਾਹਦੇ ਵਾਸਤੇ ਹਜੇ ਇਹ ਨਹੀਂ ਪਤਾ ਜੀ ਫਿਲਹਾਲ ਸਾਨੂੰ ਵੀ ਕੀ ਕੁਛ ਨਿਕਲੂਗਾ ਉੱਥੋਂ ਇਸ ਗੱਲ ਦੇ ਵਿੱਚ ਜੀ ਹੁਣ ਆ ਦੇਖੋ ਵੀ ਪਿੰਡ ਵਾਲੇ ਕੀ ਕਰਨਗੇ ਜੀ ਪਿੰਡ ਵਾਲੇ ਕੀ ਖਾਂਦੇ ਆ ਹੁਣ ਕਿਉਂ ਮੰਗ ਕਰਦੇ ਹੋ ਤੁਸੀਂ ਹੁਣ ਮੰਗ ਤਾਂ ਜੀ ਕਰਦੇ ਹੋ ਜੀ ਵੱਧ ਤੋਂ ਵੱਧ ਉਹਦਾ ਇਲਾਜ ਹੋਣਾ ਚਾਹੀਦਾਗਾ ਪੈਸੇ ਲੱਗਣੇ ਚਾਹੀਦੇ ਨੇ ਉਹਨੇ ਘਰ ਦੇ ਵਿੱਚ ਜੋ ਵੀ ਰਾਸ਼ਨ ਪਾਣੀ ਆ ਉਹਨਾਂ ਨੂੰ ਦੇਣਾ ਚਾਹੀਦਾ ਕੋਈ ਮਰਜ਼ੀ ਦੇਵੇ ਜੀ ਅਸੀਂ ਇਹ ਨਹੀਂ ਕਹਿੰਦੇ ਹੈਗੇ ਸਜ਼ਾ ਹੋਣੀ ਉਹਨੂੰ ਚਾਹੀਦੀ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਨਹੀਂ ਸਜ਼ਾ ਦੇਣਗੇ ਜੀ ਅਸੀਂ ਖੁਦ ਪਿੰਡ ਦਾ ਨਗਰ ਸਾਰਾ ਰਲ ਕੇ ਅਸੀਂ ਆਪ ਸਜ਼ਾ ਦੇਵਾਂਗੇ ਜੀ ਉਸ ਬੰਦੇ ਨੂੰ ਕੀ ਨਾਮ ਹੈ ਮੇਰਾ ਨਾਮ ਗੁਰਜਿੰਦਰ ਸਿੰਘ ਜੀ ਅੱਜ ਜਿਹੜਾ ਇੱਥੇ ਹਰੀ ਪਿੰਡ ਹਰੀਗੜ੍ਹ ਦੇ ਵਿੱਚ ਗੋਲੀਕਾਂਡ ਵਾਪਰਿਆ ਕਿਵੇਂ ਦੇਖਦੇ ਬਹੁਤ ਮਾੜਾ ਕੰਮ ਹੋਇਆ ਜੀ ਇਹ ਉਰੇ ਮੁੰਡੇ ਬੈਠੇ ਸੀ 12-13 ਮੁੰਡੇ ਬੈਠੇ ਸੀ ਜੀ ਉਹਨੇ ਆ ਕੇ ਕੋਈ ਗੱਲ ਨਹੀਂ ਕਰੀ ਸਾਡੇ ਨਾਲ ਬਸ ਸਿੱਧੀ ਉਹਨੇ ਮੁੰਡੇ ਜਾ ਕੇ ਫੇਰ ਮਾਰਿਆ ਜੀ ਬੱਖੀ ਵਿੱਚ ਵੀ ਕੀ ਨਾਮ ਸੀ ਮੁੰਡੇ ਦਾ ਮੁੰਡੇ ਦਾ ਨਾਂ ਤਰਸਵੀਰ ਸਿੰਘ ਹੈ ਜੀ ਉਹਦੇ ਘਰ ਦੇ ਬਹੁਤ ਮਾੜੇ ਹਾਲਾਤ ਨੇ ਸਾਡੇ ਅਸੀਂ ਤਾਂ ਇਹੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਵੀ ਉਸ ਸਾਧ ਨੂੰ ਉਰੇ ਰਹਿਣ ਦਾ ਕੋਈ ਅਧਿਕਾਰ ਨਹੀਂ ਸਾਡੇ ਪਿੰਡ 'ਚ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜੀ ਬਾਕੀ ਉਸ ਮੁੰਡੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ ਉਸ ਨੂੰ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਦਿੱਤੀ ਜਾਵੇ ਸਾਡੀ ਆਹ ਮੰਗ ਹੈ ਜੀ ਹੱਥ ਬੰਨ ਕੇ ਬੇਨਤੀ ਸਾਡੀ ਗੁਰਚਰਨ ਸਿੰਘ ਹੈ ਜੀ ਸਰਪੰਚ ਮੇਰੀ ਮੈਸੇਜ ਨਹੀਂ ਸਰਪੰਚ ਜੀ ਦਲਜੀਤ ਕੀ ਕਹਿੰਦੇ ਤੁਸੀਂ ਅੱਜ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਗੋਲੀ ਚੱਲੀ ਹੈ ਅੱਜ ਗੋਲੀ ਚੱਲੀ ਹੈ ਜੀ ਇਹ ਮੁੰਡੇ ਮਤਲਬ ਇੱਥੇ ਸੇਵਾ ਕਰ ਰਹੇ ਸੀਗੇ ਇਹ ਜਿਹੜਾ ਬਾਬਾ ਇੱਥੇ ਸਾਧ ਰਹਿੰਦਾ ਸੀਗਾ ਅਖੌਤੀ ਸਾਧ ਹੈ ਪਖੰਡੀ ਹੈ ਉਹਨਾਂ ਦਾ ਨਾਮ ਵੈਸੇ ਪਿੰਡੋਂ ਤਾਂ ਉਹਦਾ ਰੱਖਿਆ ਹੋਈ ਚਰਨਦਾਸ ਉਰੇ ਆ ਕਹਿੰਦੇ ਬਦਲੀ ਕਰਕੇ ਗੁਰਦੀਪ ਸਿੰਘ ਰੱਖ ਲਿਆ 2-3 ਨਾਂ ਰੱਖੀ ਫਿਰਦਾ ਜੀ ਕੋਈ ਪੱਕਾ ਨਾਂ ਤਾਂ ਹੈ ਨਹੀਂ ਉਹਦਾ ਮਤਲਬ ਕਈ ਪਿੰਡਾਂ 'ਚ ਉੱਠ ਕੇ ਆਇਆ ਪਿੱਛੇ ਵੀ ਕਤਲ ਕਰਕੇ ਆਇਆ ਜਿਹੜੀ ਉਹਦੇ ਘਰ ਵਾਲੀ ਆ ਉਹ ਵੀ ਮਤਲਬ ਆਪਣੇ ਭਾਈ ਦੀ ਕੱਢ ਕੇ ਲਿਆ ਆਪਣੇ ਭਾਈ ਦਾ ਕਤਲ ਕਰਕੇ ਜੀ ਕੀ ਕਹਿੰਦੇ ਹੋ ਤੁਸੀਂ ਉਸ ਬਾਰੇ ਵੀ ਇੱਥੇ ਬੇਅਦਬੀ ਹੁੰਦੀ ਰਹੀ ਬੇਅਦਬੀ ਆ ਹੁਣ ਦੇਖੋ ਪੁਲਿਸ ਪ੍ਰਸ਼ਾਸਨ ਨੇ ਆ ਕੇ ਗ੍ਰੰਥ ਚੱਕੇ ਨੇ ਮਤਲਬ ਪਾਣੀ 'ਚੋਂ ਨੁੱਚੜਦੇ ਹੋਏ ਚੱਕੇ ਨੇ ਮਤਲਬ ਦੇਖੀ ਨਹੀਂ ਗਏ ਸਾਡਾ ਰੋਣ ਆਉਂਦਾ ਵੀ ਮਹਾਰਾਜ ਦੇ ਸਰੂਪਾਂ ਦੀ ਇੰਨੀ ਬੇਅਦਬੀ ਆ ਦੇਖ ਲਓ ਜੀ ਇੱਧਰ ਦਿਖਾ ਲਓ ਮਾੜਾ ਜਿਹਾ ਵੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਵਾਲਾ ਕੋਈ ਹੈ ਕੋਈ ਸਿਸਟਮ ਇਹ ਡੇਰਾ ਜੀ ਜਿਹੜਾ ਮਤਲਬ ਸਾਡੇ ਜੰਮਣ ਤੋਂ ਪਹਿਲਾਂ ਦੀ ਬਣਿਆ ਹੋਇਆ ਬਾਬਾ ਭਗਵਾਨਪੁਰੀ ਦਾ ਡੇਰਾ ਜੀ ਇਹਨੂੰ ਧੱਕੇ ਨਾਲ ਗੁਰਦੁਆਰਾ ਸਾਹਿਬ ਦੀ ਮਤਲਬ ਬੇਅਦਬੀ ਕਰਨੀ ਚਾਹੁੰਦਾ ਸੀ ਜੀ ਆਹ ਦੇਖੋ ਜੀ ਆਹ ਦੱਸੋ ਜੀ ਗੁਰਦੁਆਰਾ ਵਾਲੇ ਸਾਹਿਬ ਨੇ ਇਹ ਕੀ ਉਹ ਇਹਨਾਂ ਨਾਲ ਪਾਣੀ ਖੜਾ ਇਹਦੇ ਵਿੱਚ ਜੀ ਪਾਣੀ ਇੱਥੇ ਮਹਾਰਾਜ ਪ੍ਰਕਾਸ਼ ਸੀ ਜੀ ਆਪਣੇ ਗੋਲੀ ਮਾਰੀ ਔਰ ਇੱਥੇ ਜੀ ਉਹਨਾਂ ਨੇ ਮਹਾਰਾਜ ਪ੍ਰਕਾਸ਼ ਕਰਿਆ ਸੀ ਜੋ ਕਿ ਆਹ ਪਾਣੀ ਦੀ ਲਾਗ ਹੈ ਜੀ ਦੇਖੋ ਇਹਨਾਂ ਨਾਲ ਪਾਣੀ ਇੱਥੇ ਬੜਿਆ ਹੋਇਆ ਸੀ ਅੰਦਰ ਅਤੇ ਉਹ ਇਕੱਲੀ ਆਉਂਦੇ ਨੇ ਜੀ ਮਹਾਰਾਜ ਦੇ ਸਰੂਪ ਨੂੰ ਉਹਨਾਂ ਨੇ ਮਤਲਬ ਇੱਕ ਆਪਦਾ ਉਹਦਾ ਦਿਹਾੜੀ ਵਾਲਾ ਕੰਮ ਕਰ ਰੱਖਿਆ ਕਮਾਈ ਦਾ ਸਾਧਨ ਬਣਾ ਰੱਖਿਆ ਆਹ ਦੇਖੋ ਜੀ ਇੱਥੇ ਕੀ ਮਹਾਰਾਜ ਦੇ ਸਰੂਪ ਇੱਥੇ ਮਤਲਬ ਪ੍ਰਕਾਸ਼ ਹੋ ਸਕਦੇ ਨੇ ਆਪ ਦੱਸੇ ਪ੍ਰਸ਼ਾਸਨ ਜਾਂ ਕੋਈ ਮਤਲਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਪਹਿਲਾਂ ਉਹਨਾਂ ਨੂੰ ਉਹ ਵੀ ਕਰਿਆ ਸੀ ਸੁਨੇਹਾ ਲਾਇਆ ਸੀ ਆਏ ਸੀ ਇੱਕ ਵਾਰੀ ਮਤਲਬ ਉਹ ਵੀ ਆ ਕੇ ਦੇਖ ਰੇਖ ਕਰਕੇ ਚਲੇ ਗਏ ਮਤਲਬ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਇੱਥੋਂ ਚੁਕਵਾਇਆ ਨਹੀਂ ਇਹਨਾਂ ਨੇ ਹੁਣ ਉਹ 5-6 ਦਿਨ ਹੋ 15 ਦਿਨ ਹੋ ਗਏ ਤਕਰੀਬਨ ਇੱਥੋਂ ਮਹਾਰਾਜ ਦੇ ਸਰੂਪ ਨੂੰ ਰਾਤ ਨੂੰ ਚੱਕ ਕੇ ਭੱਜ ਗਿਆ ਜੀ ਮਤਲਬ ਜੋ ਪੋਥੀਆਂ ਨੇ ਹੁਣ ਅਸੀਂ ਗੁਰਦੁਆਰਾ ਸਾਹਿਬ ਪ੍ਰਸ਼ਾਸਨ ਨੇ ਆ ਕੇ ਜਮ੍ਹਾਂ ਕਰਵਾਈਆਂ ਨੇ ਜੀ ਬਹੁਤ ਮਾੜੀ ਹਾਲਤ ਹੈ ਉੱਥੇ ਉਹਨਾਂ ਨੂੰ ਮੈਂ ਕਿਹਾ ਵੀ ਆ ਬਾਬਾ ਜੀ ਨੂੰ ਵੀ ਭਾਈ ਇਹਦੀ ਵੀਡੀਓ ਬਣਾ ਕੇ ਆਪਣੇ ਕੋਲ ਰੱਖ ਲਿਓ
मंग तो यही है, 307 का परचा चाहिए जो सेवा करते बंद आके गोली चला रहे, बाहरों 5-7 गुंडे लेके आए थे। मैनू सवेरे पुलिस ने भेजा भी सरपंच साहब तुम जाओ उत्थे भी अपने मुंडिया कह दौ भी इदू अंदर आ जी बाउंडरी है ये अंदर ना आना, जे सेवा करनी असं पर सेवा कर रहे थे। ठीक है जी, उरे आके जो बंदे आ गए 5 बंदे मेरे ना गल लागे करना, उन्होंने कहा भी भाई बाबा जी अंदर वालों मुंडा बुला भेजा इतने जी, उन्होंने गोली मार दी। हाँ जी, बंदा एक है मतलब एक लसेंस हो सकता है वो को 4 हथियार मिले ने अच्छ, हो सकता वो पुराने भी अंदर भी दबे हुए हो सकते हैं जी, 2 सिक्सर मिले हाँ जी, 1 राइफल अंदर मतलब यदि छानबीन पूरी प्रशासन कर ले की पता थले दबे हुए भी लिखड़ सकते हैं, सानू पता नहीं मतलब अंदर किसी को वड़ नहीं दिंदा सी वो, कुल मिला के 25 साल तो लैके वह कब्जा से वो समाज से भी नहीं देन दिता सी मतलब किसी मत्था टेकन दिता सी। पुलिस प्रशासन का की कहना है? पुलिस प्रशासन कहती है जी अं कानूनी कार्रवाई करा जी। सानू इनफॉर्मेशन मिली सी कि पिंड हरीगढ़ हरीगढ़ एक डेरा है जी, डेरे में एक इन्हों समाध में लैके समाध मिट्टी पा के उच्चा करन संबंधी एक रौला चलता सगा, तो उस संबंध में इतने कट्ठ होया सी, जिस दौरान एक डेरे का जरा मेन हैड है गुरदीप सिंह उन्हें एक 12 बोर राइ अपने शॉटगन नाल एक तरसवीर नाम के व्यक्ति को शूट किया जी, ते वो उस तो बाद पुलिस पार्टी साड़ी मौके पर पहुंची, मौके पर पहुँच के उन्होंने दोनों बंदियां नू एक गुरदीप सिंह नाल एक परमजीत सिंह नाम का व्यक्ति सेगा उन्होंने राउंड अप करके असी अरैसट कर लिया जी, ते मुकदमा दर्ज कर दिता जी। उहदे हालात जी PHC कौरियां तो उन्हें राजेंद्रा हस्पताल रैफर किया गया जी, वो राजेंद्रा हस्पताल पहुँच रहा जी, ते बाकी इन ड्यू कोर्स ऑफ टाइम पता लगेगा जी। बिल्कुल जी, एक 12 बोर शॉटगन बरामद की है, तो एक अपना रिवॉल्वर बरामद की गई है, ये ड्यूरिंग इन्वेस्टिगेशन पता लगेगा जी। बिल्कुल जी, यही जी ये सानू हुण मौके पर आके इन्होंने गलबात दसी है जी, तो ड्यूरिंग इन्वेस्टिगेशन इस दौरान इस रिलेटेड जी जो कुछ गल सामने आती है तो जी बनती कार्रवाई है वो की जाएगी।